ਨੌਜਵਾਨ ਪੀੜੀ ਤੋਂ ਸਖਣੇ ਨਜ਼ਰ ਆਉਣ ਲੱਗੇ ਨੇ ਪਿੰਡ ਮੁੰਡੇ ਕੁੜੀਆਂ ਨੇ ਵਿਦੇਸ਼ਾਂ ਵੱਲ ਕੱਟੀਆਂ ਨੇ ਵਹਿਰਾ ਬੈਂਕਾਂ ਤੋਂ ਕਰਜ਼ਾ ਲੈ ਕੇ ਜਾ ਰਹੇ ਨੇ ਵਿਦੇਸ਼ ਸੋਸ਼ੀਅਲ ਜੀ ਮੈਂ ਹਾਂ ਗਗਨਦੀਪ ਸਿੰਘ ਗੰਦਪੁਰੀ ਤੁਸੀਂ ਜੁੜੇ ਹੋ ਸਿੱਖ ਚੈਨਲ ਦੇ ਨਾਲ ਪੰਜਾਬ ਦੇ ਵਿੱਚ ਇੱਕ ਵੱਡੀ ਚਿੰਤਾ ਦਾ ਵਿਸ਼ਾ ਜੋ ਸਾਹਮਣੇ ਆਇਆ ਉਹ ਚਿੰਤਾ ਦਾ ਵਿਸ਼ਾ ਕੀ ਹੈ ਅੱਜ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ ਪੰਜਾਬੀਆਂ ਦਾ ਵਿਦੇਸ਼ ਜਾਣਾ ਹੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਕਮਾਈਆਂ ਕਰਨੀਆਂ ਪੁਰਾਣੇ ਸਮਿਆਂ ਤੋਂ ਚੱਲਿਆ ਆ ਰਿਹਾ ਹੈ ਕਿ ਪੰਜਾਬ ਦੀ ਆਰਥਿਕ ਸਥਿਤੀ ਨੂੰ ਕਿਵੇਂ ਜਿਹੜਾ ਹੈ ਬਰਕਰਾਰ ਰੱਖਿਆ ਜਾ ਸਕੇ ਜਾਂ ਸਾਡੀ ਆਰਥਿਕ ਸਥਿਤੀ ਨੂੰ ਕਿਵੇਂ ਕਾਇਮ ਕੀਤਾ ਜਾਵੇ ਜਾਂ ਕਿਸ ਤਰ੍ਹਾਂ ਪਰ ਲੋਕਾਂ ਨੇ ਇਸ ਦਾ ਸੌਖਾ ਹੱਲ ਲੱਭਿਆ ਕਿ ਵਿਦੇਸ਼ ਜਾਓ ਪਰ ਵਿਦੇਸ਼ ਜਾਣ ਵਾਸਤੇ ਵੀ ਕੁਝ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਉਸ ਦੇ ਲਈ ਸਾਨੂੰ ਭਾਰੀ ਕੀਮਤ ਚੁਕਾਉਣੀ ਪੈਂਦੀ ਹੈ ਉਹ ਭਾਰੀ ਕੀਮਤ ਦੇ ਵਿੱਚ ਸਿਰਫ ਪੈਸਾ ਹੀ ਨਹੀਂ ਸਾਨੂੰ ਆਪਣੇ ਤੋਂ ਦੂਰ ਹੋਣਾ ਪੈਂਦਾ ਆਪਣੇ ਬੱਚਿਆਂ ਤੋਂ ਹੋਣਾ ਪੈਂਦਾ ਸਾਨੂੰ ਆਪਣੇ ਮਾਪੇ ਤੋਂ ਦੂਰ ਹੋਣਾ ਪੈਂਦਾ ਇਕੱਲਿਆਂ ਜੀਵਨ ਬਤੀਤ ਕਰਨਾ ਪੈਂਦਾ ਤੇ ਵਿਦੇਸ਼ ਵਿੱਚ ਜਾ ਕੇ ਕਈ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਕੁਝ ਇਸ ਔਕੜਾਂ ਨੂੰ ਸਹਾਰ ਨਹੀਂ ਪਾਉਂਦੇ ਫਿਰ ਵਿਦੇਸ਼ਾਂ ਦੇ ਵਿੱਚੋਂ ਮੰਦਭਾਗੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ ਉਸਦਾ ਅਸਲ ਜ਼ਿੰਮੇਵਾਰ ਕੌਣ ਹੈ ਕਿਉਂ ਅਸੀਂ ਆਪਣੇ ਮਿੱਟੀ ਨੂੰ ਆਪਣੀ ਪੰਜਾਬ ਨੂੰ ਆਪਣੀ ਪੰਜਾਬੀਅਤ ਨੂੰ ਛੱਡ ਕੇ ਵਿਦੇਸ਼ਾਂ ਵਿੱਚ ਸੈਟਲ ਹੋਣ ਦੀ ਗੱਲ ਕਰਦੇ ਆਂ ਮਸਲਾ ਸਾਰਾ ਰੋਟੀ ਦਾ ਜਾਂ ਫਿਰ ਆ ਵਿਦੇਸ਼ਾਂ ਦੇ ਵਿੱਚ ਜਾਣ ਦਾ ਸੋ ਪੰਜਾਬੀਆਂ ਦਾ ਵਿਦੇਸ਼ ਜਾਣਾ ਕਮਾਈਆਂ ਕਰਨੀਆਂ ਪੁਰਾਣੇ ਸਮਿਆਂ ਤੋਂ ਜਿਹੜਾ ਆ ਲਗਾਤਾਰ ਚੱਲਦਾ ਆ ਰਿਹਾ ਫਿਰ ਹੌਲੀ-ਹੌਲੀ ਦੂਜੇ ਮੁਲਕਾਂ ਵਿੱਚ ਪੱਕੇ ਤੌਰ ਤੇ ਵਸ ਜਾਣਾ ਪ੍ਰੀਵਰਤੀ ਸ਼ੁਰੂ ਹੋ ਜਾਂਦੀ ਹੈ ਤੇ ਅੱਜ ਵੀ ਉਹ ਲਗਾਤਾਰ ਬਰਕਰਾਰ ਹੈ ਦੁਆਬਾ ਖੇਤਰ ਦੀ ਜੇਕਰ ਗੱਲ ਕਰੀਏ ਤਾਂ ਸਭ ਤੋਂ ਵੱਡੀ ਗਿਣਤੀ ਵਿੱਚ ਨੌਜਵਾਨ ਮੁੰਡੇ ਕੁੜੀਆਂ 12ਵੀਂ ਤੋਂ ਬਾਅਦ ਆਈਲੈਂਡਸ ਕਰਕੇ ਕੈਨੇਡਾ ਤੇ ਯੂਕੇ ਆਸਟ੍ਰੇਲੀਆ ਦੀ ਜਿਹੜੀ ਆ ਅੱਗੇ ਪੜ੍ਹਾਈ ਕਰਦੇ ਨੇ ਤੇ ਉੱਥੇ ਚਲੇ ਜਾਂਦੇ ਨੇ ਹਰ ਪਿੰਡ ਵਿੱਚੋਂ ਕਰੀਬ 100 ਦੇ ਲਗਭਗ ਨੌਜਵਾਨ ਮੁੰਡੇ ਕੁੜੀਆਂ ਵਿਦੇਸ਼ੀਆਂ ਨੂੰ ਜਾ ਰਹੇ ਨੇ ਤੇ ਉਹਨਾਂ ਦਾ ਰੁਝਾਨ ਵੀ ਆ ਲੜਕੇ ਤੇ ਲੜਕੀਆਂ ਵੱਲੋਂ ਵਿਦੇਸ਼ਾਂ ਵਿੱਚ ਜਾਣ ਦੇ ਇਸ ਰੁਝਾਨ ਨਾਲ ਪੰਜਾਬ ਦੇ ਆਰਥਿਕ ਤੇ ਸਮਾਜਿਕ ਖੇਤਰ ਵਿੱਚ بڑا ਜਿਹੜਾ ਹੈ ਪ੍ਰਭਾਵਸ਼ਾਲੀ ਅਸਰ ਦੇਖਣ ਨੂੰ ਮਿਲਿਆ ਲੋਕ 15 15 20 20 ਲੱਖ ਰੁਪਇਆ ਲਾ ਕੇ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਵਿੱਚ ਭੇਜਣਾ ਚਾਹੁੰਦੇ ਨੇ ਤੇ ਉੱਥੇ ਸੈਟਲ ਕਰਨਾ ਚਾਹੁੰਦੇ ਨੇ ਇਸ ਬਾਰੇ ਪੈਸੇ ਦੀ ਕਮੀ ਪੰਜਾਬ ਨੂੰ ਸਹਨ ਕਰਨੀ ਪੈ ਰਹੀ ਹੈ ਦੂਜੇ ਪਾਸੇ ਬਹੁਤ ਸਾਰੇ ਗਰੀਬ ਕਿਸਾਨ ਜ਼ਮੀਨ ਵੇਚ ਕੇ ਬੈਂਕਾਂ ਤੋਂ ਕਰਜ਼ਾ ਲੈ ਕੇ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਵਿੱਚ ਭੇਜ ਰਹੇ ਨੇ। ਬਹੁਤ ਵੱਡੀ ਚਿੰਤਾ ਦਾ ਵਿਸ਼ਾ ਹੈ। ਇਸੇ ਤਰ੍ਹਾਂ ਸਮਾਜਿਕ ਜੀਵਨ ਤੋਂ ਪ੍ਰਭਾਵਿਤ ਹੋ ਰਿਹਾ ਹੈ। ਜਿਨ੍ਹਾਂ ਮੁੰਡਿਆਂ ਪਾਸੋਂ ਆਈਲੈਟਸ ਪਾਸ ਨਹੀਂ ਹੁੰਦੀ ਜਾਂ ਚੰਗੇ ਪੈਂਟ ਨਹੀਂ ਆਉਂਦੇ ਤਾਂ ਉਹ ਆਈਲੈਟਸ ਪਾਸ ਕੁੜੀਆਂ ਨਾਲ ਵਿਆਹ ਕਰਵਾ ਕੇ ਬਾਹਰ ਚਲੇ ਜਾਂਦੇ ਨੇ ਤੇ ਕਾਲੇ ਪੈ ਜਾਂਦੇ ਨੇ। ਤਲਬਲੀ ਲੱਗ ਜਾਂਦੀ ਹੈ। ਲੜਕੀ ਵਾਲਿਆਂ ਦੀ ਰਜ਼ਾਮੰਦੀ ਨਾਲ ਵਿਆਹ ਆਪ ਹੀ ਜਿਹੜਾ ਆ ਉਹ ਖਰਚਾ ਕਰਦੇ ਨੇ ਤੇ ਲੜਕੀ ਦਾ ਵੀ ਖਰਚਾ ਕਰਦੇ ਨੇ ਕਈ ਵਾਰ ਤਾਂ ਇਹ ਵੇਖਣ ਨੂੰ ਆਇਆ ਕਿ ਗੈਰ ਸੰਵਿਧਾਨਿਕ ਵਿਆਹ ਰਚਾ ਕੇ ਬਾਹਰ ਜਾਣ ਦੀ ਕਾਲੀ ਚ ਸਮਾਜ ਨੂੰ ਵੀ ਜਿਹੜੀ ਆ ਕੋਈ ਪ੍ਰਵਾਹ ਨਹੀਂ ਹੁੰਦੀ ਤੇ ਪ੍ਰਵਾਹ ਵੀ ਨਹੀਂ ਕਰਦੇ ਕਿ ਸਮਾਜ ਆਖਰ ਉਸ ਰਿਸ਼ਤੇ ਨੂੰ ਪ੍ਰਵਾਨ ਕਰਦਾ ਹੈ ਜਾਂ ਨਹੀਂ ਨੌਜਵਾਨ ਪੀੜੀ ਹੁਣ ਪੰਜਾਬ ਦੇ ਪਿੰਡ ਜਿਹੜੇ ਨੇ ਉਹ ਵਿਦੇਸ਼ਾਂ ਵਿੱਚ ਜਾ ਵਸੇ ਨੇ ਤੇ ਜਿਸ ਤੋਂ ਪਿੰਡ ਜਿਹੜੇ ਨੌਜਵਾਨਾਂ ਤੋਂ ਸੱਖਣੇ ਨਜ਼ਰ ਆ ਰਹੇ ਨੇ ਉੰਜ ਵੀ ਪਿੰਡਾਂ ਵਿੱਚ ਜੇ ਅਸੀਂ ਨਜ਼ਰ ਮਾਰੀਏ ਤਾਂ ਵੱਡੀਆਂ-ਵੱਡੀਆਂ ਕੋਠੀਆਂ ਖਾਲੀ ਪਈਆਂ ਨੇ ਉਸ ਦਾ ਕੀ ਕਾਰਨ ਹੈ ਜਾਂ ਉਸ ਪਿੱਛੇ ਵੱਡਾ ਕਾਰਨ ਕੀ ਮੰਨਦੇ ਹੋ ਅਤੇ ਉਹਨਾਂ ਦੇ ਮਾਲਕ ਵੀ ਵਿਦੇਸ਼ਾਂ ਵਿੱਚ ਰਹਿ ਰਹੇ ਨੇ ਕਈ ਹਾਲਾਤ ਵਿੱਚ ਸਿਰਫ ਬਜ਼ੁਰਗ ਲੋਕ ਹੀ ਉਹਨਾਂ ਪਿੰਡਾਂ ਵਿੱਚ ਰਹਿੰਦੇ ਨੇ ਜਿਨ੍ਹਾਂ ਦੇ ਬਜ਼ੁਰਗਾਂ ਦੀ ਆਪ ਦੀ ਜੜੀ ਹੈ ਉਹ ਜ਼ਮੀਨ ਹੋਵੇ ਤੇ ਉਸ ਨੂੰ ਉਹ ਛੱਡਣਾ ਨਾ ਚਾਉਂਦੇ ਹੋਣ ਆਪਣੀ ਮਿੱਟੀ ਨਾਲ ਪਿਆਰ ਕਰਦੇ ਹੋਣ ਆਪਣੀ ਪੰਜਾਬ ਨਾਲ ਪੰਜਾਬੀਅਤ ਨਾਲ ਜਿਹੜੇ ਪਿਆਰ ਕਰਦੇ ਹੋਣ ਜਿਨ੍ਹਾਂ ਦਾ ਬੁਟਾਪਾ ਕੁਝ ਦਰਦਮਈ ਬਣ ਜਾਂਦਾ ਹੈ ਜਦ ਬੱਚਿਆਂ ਤੋਂ ਬਿਨਾ ਮਾਪਿਆਂ ਦਾ ਇਕੱਲਾ ਰਹਿਣਾ ਕੋਈ ਸੌਖਾ ਕੰਮ ਨਹੀਂ ਹੁੰਦਾ ਮੋਹ ਤੇ ਸਨੇਹ ਦੀਆਂ ਤੰਦਾਂ ਵੀ ਜੜੀਆਂ ਟੁੱਟਦੀਆਂ ਉੱਥੇ ਨਜ਼ਰ ਆਉਂਦੀਆਂ ਨੇ ਹੁਸ਼ਿਆਰਪੁਰ ਦੇ ਵਿਦਿਆਰਥੀਆਂ ਦਾ ਵਿਜੇਸ ਜਾ ਵਸਣਾ ਪੰਜਾਬ ਦੇ ਲਈ ਚਿੰਤਾ ਦਾ ਵਿਸ਼ਾ ਹੈ ਜਿਸ ਤਰ੍ਹਾਂ ਅਸੀਂ ਦੁਆਬੇ ਦੀ ਗੱਲ ਕੀਤੀ ਸੀ ਕਿਉਂਕਿ ਪੰਜਾਬ ਨੂੰ ਅੱਜ ਲੋੜ ਹੈ ਪੰਜਾਬ ਵਿੱਚ ਪੜੇ ਲਿਖੇ ਨੌਜਵਾਨਾਂ ਦੀ ਆਪਣੇ ਖੇਤਰ ਵਿੱਚ ਹੋਰ ਬੱਚਿਆਂ ਦਾ ਮਾਰਗਦਰਸ਼ਨ ਕਰ ਸਕਣ ਇਸ ਲਈ ਲੋੜ ਹੈ ਪੰਜਾਬ ਨੂੰ ਨੌਜਵਾਨੀ ਦੀ ਪੰਜਾਬ ਨੂੰ ਅੱਗੇ ਲੈ ਕੇ ਜਾਣ ਵਾਸਤੇ ਨੌਜਵਾਨੀ ਦੀ ਲੋੜ ਹੁੰਦੀ ਹੈ ਕਿਉਂਕਿ ਜਿਹੜਾ ਨੌਜਵਾਨ ਹੈ ਉਹੀ ਦੇਸ਼ ਦੀ ਰੀੜ੍ਹ ਦੀ ਹੱਡੀ ਹੁੰਦੀ ਹੈ ਪਰ ਪੰਜਾਬ ਚੋਂ ਨੌਜਵਾਨ ਇਸ ਤਰ੍ਹਾਂ ਬਾਹਰ ਵੱਲ ਨੂੰ ਲਗਾਤਾਰ ਰੁੱਖ ਕਰਦੇ ਰਹਿਣਗੇ ਤਾਂ ਪੰਜਾਬ ਦੀ ਹਾਲਤ ਬਹੁਤ ਤਰਸਯੋਗ ਹੋ ਜਾਏਗੀ ਵਰਤਮਾਨ ਸਮੇਂ ਵਿੱਚ ਅਣਗਿਣਤ ਅਜਿਹੇ ਕੇਸ ਦਰਜ ਹੁੰਦੇ ਨੇ ਜਿਨ੍ਹਾਂ ਚ ਕਈ ਮੁੰਡੇ ਕੁੜੀਆਂ ਨੂੰ ਬਾਹਰ ਲਿਜਾਣ ਦੇ ਨਾਂ ਤੇ ਲੱਖਾਂ ਰੁਪਏ ਦੀ ਠੱਗੀ ਮਾਰ ਕੇ ਇਹ ਜਾਂਟੀ ਜਿਹੜੇ ਨੇ ਉਹ ਰਫੂ ਚੱਕਰ ਹੋ ਜਾਂਦੇ ਨੇ ਸੋ ਪੰਜਾਬ ਵਿੱਚ ਬਹੁਤ ਗਿਣਤੀ ਨੌਜਵਾਨਾਂ ਦਾ ਵਰਗ ਜੋ ਵਿਦੇਸ਼ਾਂ ਵੱਲ ਜਾ ਰਿਹਾ ਆਇਆ ਉਸ ਦੇ ਜਿਹੜਾ ਆ ਚਿੰਤਾ ਪ੍ਰਗਟ ਜਿਹੜੀ ਹੈ ਉਹ ਬਣਦੀ ਹੈ ਜਾਂ ਚਿੰਤਾ ਦਾ ਉਹ ਵਿਸ਼ਾ ਵੀ ਬਣਿਆ ਪਿਆ ਹੈ ਕਿ ਸੂਬੇ ਵਿੱਚ ਜੇਕਰ ਦੇਖੀਏ ਤਾਂ ਇਹ ਪਤਾ ਲੱਗਦਾ ਕਿ ਹੁਣ ਤੱਕ ਸਕੂਲਾਂ ਕਾਲਜਾਂ ਨਾਲੋਂ ਆਈਲੈਂਡਸ ਸੈਂਟਰਾਂ ਦੀ ਗਿਣਤੀ ਬਹੁਤ ਹੁੰਦੀ ਜਾ ਰਹੀ ਹੈ ਤੇ ਲੋਕਾਂ ਦਾ ਜੋ ਰੁਝਾਨ ਹੈ ਉਪਦੇਸ਼ਾਂ ਦੇ ਵਿੱਚ ਵਧਦਾ ਜਾ ਰਿਹਾ ਜਾਂ ਇਹ ਕਹਿ ਸਕਦੇ ਆ ਕਿ ਜਿਹੜੀ ਹੈ ਸਿੱਖਿਆ ਦੇ ਪੱਧਰ ਨੂੰ ਉੱਚਾ ਨਹੀਂ ਚੱਕਿਆ ਲੋਕ ਵਿਦੇਸ਼ਾਂ ਦੇ ਵਿੱਚ ਪੜ੍ਹਾਈ ਦਾ ਰੁਝਾਨ ਜ਼ਿਆਦਾ ਦਿਖਾ ਰਹੇ ਨੇ ਜਾਂ ਇਹ ਕਹਿ ਸਕਦੇ ਆ ਕਿ ਆਪਣੀ ਜ਼ਿੰਦਗੀ ਨੂੰ ਸੁਖਾਲਾ ਕਰਨ ਲਈ ਆਰਥਿਕ ਮੰਦੀ ਨੂੰ ਦੂਰ ਕਰਨ ਲਈ ਰੁਜ਼ਗਾਰ ਦੇ ਲਈ ਜੋ ਪੰਜਾਬ ਦਾ ਨੌਜਵਾਨ ਜਿਹੜਾ ਆ ਬਾਹਰ ਜਾ ਕੇ ਬਸਿਆ ਹੋਇਆ ਸਕੂਲ ਦੀ ਪੜ੍ਹਾਈ ਖਤਮ ਹੁੰਦਿਆਂ ਹੀ ਆਈਲੈਂਡਸ ਕਰਵਾ ਕੇ ਬੱਚਿਆਂ ਨੂੰ ਵਿਦੇਸ਼ ਭੇਜ ਦਿੱਤਾ ਜਾਂਦਾ ਜਿਨ੍ਹਾਂ ਦੀ ਅਜੇ ਉਮਰ ਹਲੇ ਖੇਡਣ ਦੀ ਹੁੰਦੀ ਹੈ ਪਰ ਵਿਦੇਸ਼ ਜਾ ਕੇ ਉਹਨਾਂ ਨੂੰ ਪੜ੍ਹਾਈ ਦੇ ਨਾਲ-ਨਾਲ ਕੰਮ ਵੀ ਕਰਨਾ ਪੈਂਦਾ ਆਪਣੀਆਂ ਫੀਸਾਂ ਨੂੰ ਵੀ ਜਿਹੜਾ ਆ ਉਹ ਆਪ ਦੇਖਦੇ ਨੇ ਕਿ ਸਕੂਲ ਦੀ ਪੜ੍ਹਾਈ ਤੋਂ ਬਾਅਦ ਵਿਆਹ ਕਰਕੇ ਬਾਹਰ ਭੇਜਣਾ ਸਹੀ ਹੈ ਜੇ ਅਜੇ ਵਿਆਹ ਵਾਲੀ ਬੱਚਿਆਂ ਦੀ ਉਮਰ ਨਹੀਂ ਹੁੰਦੀ ਤਾਂ ਭਵਿੱਖ ਵਿੱਚ ਆਉਣ ਦੀ ਚਿੰਤਾ ਬੱਚਿਆਂ ਦੇ ਘਰ ਕਰ ਜਾਂਦੀ ਹੈ ਇਨਾ ਕਾਰਨਾਂ ਕਰਕੇ ਹੀ ਉਹ ਆਪਣੇ ਸਹੀ ਫੈਸਲੇ ਨਹੀਂ ਕਰ ਪਾਉਂਦੇ ਰਸਤੇ ਤੋਂ ਪਟਕ ਜਾਂਦੇ ਨੇ ਹਰ ਥਾਂ ਨੌਜਵਾਨ ਪੀੜੀ ਨੇ ਵੱਧ ਚੜ ਕੇ ਆਪਣਾ ਯੋਗਦਾਨ ਪਾਇਆ ਭਾਵੇਂ ਕਿਸਾਨੀ ਅੰਦੋਲਨ ਦੀ ਗੱਲ ਕਰੀਏ ਭਾਵੇਂ ਕਰੋਨਾ ਕਾਲ ਦੇ ਵਿੱਚ ਸੇਵਾਵਾਂ ਦੀ ਗੱਲ ਕਰੀਏ ਸਾੜਾ ਦੌਰਾਨ ਪਰ ਅੱਜ ਦਾ ਨੌਜਵਾਨ ਮਹਿੰਗੀਆਂ ਮਹਿੰਗੀਆਂ ਪੜਾਈਆਂ ਕਰਕੇ ਪੜ੍ਹ ਕੇ ਨੌਕਰੀਆਂ ਦੇ ਲਈ ਦਰਦ-ਦਰਦ ਦੀਆਂ ਠੋਕਰਾਂ ਖਾ ਰਿਹਾ ਨੌਕਰੀਆਂ ਦੀ ਭਾਲ ਲਈ ਆਪਣੀਆਂ ਜ਼ਮੀਨਾਂ ਵੇਚ ਕੇ 20 ਤੋਂ 25 ਲੱਖ ਰੁਪਏ ਲਾ ਕੇ ਆਪਣਾ ਮੁਲਕ ਛੱਡ ਕੇ ਬਾਹਰਲੇ ਮੁਲਕ ਕੈਨੇਡਾ ਆਸਟ੍ਰੇਲੀਆ ਅਮਰੀਕਾ ਯੂਕੇ ਨਿਊਜ਼ੀਲੈਂਡ ਜਿਹੜੇ ਨੇ ਦੇਸ਼ਾਂ ਦੇ ਵਿੱਚ ਜਾਣ ਲਈ ਮਜਬੂਰ ਹੈ ਬੱਚੇ 12ਵੀਂ ਕਰਕੇ ਅੱਗੇ ਦੀ ਪੜ੍ਹਾਈ ਲਈ ਵਿਦੇਸ਼ਾਂ ਨੂੰ ਜਾ ਰਹੇ ਨੇ ਜਿਸ ਨਾਲ ਕਾਲਜਾਂ 'ਚ ਵੀ ਬਹੁਤ ਦਿੱਕਣ ਦਾ ਸਾਹਮਣਾ ਕਰਨਾ ਪੈ ਰਿਹਾ ਪੰਜਾਬ ਦੇ ਕਾਲਜਾਂ ਚ ਦਾਖਲਾ ਦੀ ਗਿਣਤੀ ਹੈ ਜੋ ਦਿਨੋ ਦਿਨ ਉਹ ਘਟ ਰਹੀ ਹੈ ਪੰਜਾਬ ਦੇ ਕਈ ਕਾਲਜ ਜਿਹੜੇ ਨੇ ਉਹ ਖਾਲੀ ਹੁੰਦੇ ਜਾ ਰਹੇ ਨੇ ਬੱਚੇ ਮੈਡੀਕਲ ਇੰਜੀਨੀਅਰ ਡਿਪਲੋਮਾ ਕਰਨ ਲਈ ਬਾਹਰ ਵਿਦੇਸ਼ਾਂ ਦੇ ਵੱਲ ਭੱਜ ਰਹੇ ਨੇ ਆਪਣੇ ਪੜ੍ਹਾਈ ਕਰਕੇ ਵਿਦੇਸ਼ਾਂ ਨੂੰ ਲਗਾਤਾਰ ਜਾ ਰਹੇ ਹਨ ਉੱਥੇ ਆਪਣੀ ਪੜ੍ਹਾਈ ਦੇ ਨਾਲ ਨਾਲ ਪਾਰਟ ਟਾਈਮ ਵੀ ਕੰਮ ਕਰ ਰਹੇ ਨੇ ਫਿਰ ਪੀਆਰ ਹੋਣ ਤੋਂ ਬਾਅਦ ਆਪਣੇ ਮਾਤਾ ਪਿਤਾ ਨੂੰ ਵੀ ਆਪਣੇ ਕੋਲ ਬੁਲਾ ਲੈਂਦੇ ਨੇ ਜਿਸ ਨਾਲ ਉਹਨਾਂ ਦੇ ਘਰ ਖਾਲੀ ਹੁੰਦੇ ਜਾ ਰਹੇ ਨੇ ਪੰਜਾਬ ਦੇ ਵਿੱਚ ਲੋਕ ਆਪਣੇ ਵੱਡੇ ਵੱਡੇ ਮਕਾਨ ਕੋਠੀਆਂ ਦੂਜਿਆਂ ਨੂੰ ਸੰਭਾਲਣ ਵਾਸਤੇ ਛੱਡ ਦਿੰਦੇ ਨੇ ਜਾਂ ਸੁੰਨੇ ਛੱਡਦੇ ਜਾ ਰਹੇ ਨੇ ਇਸ ਨਾਲ ਮਿਰਵਰਤਨ ਦੀ ਭਾਵਨਾ ਚ ਸੁੰਨਾਪਣ ਜਿਹੜਾ ਆਮ ਪਿੰਡਾਂ ਵਿੱਚ ਦਿਖਾਈ ਦੇ ਰਿਹਾ ਤੇ ਨਜ਼ਰ ਵੀ ਆ ਰਿਹਾ ਆਖਿਰ ਪੰਜਾਬ ਦੇ ਵਾਰਿਸ ਹੋਣਗੇ ਕੌਣ ਜੇਕਰ ਸਾਰੇ ਜੋ ਨੌਜਵਾਨ ਨੇ ਪ੍ਰਵਾਸੀ ਹੁੰਦੇ ਜਾਣਗੇ ਪੰਜਾਬ ਦੀ ਬਾਗੜਾ ਕੌਣ ਸੰਭਾਲੇਗਾ ਕੋਧਮ اختیਾਰੀ ਦੀ ਗੱਲ ਕੌਣ ਕਰੇਗਾ ਪੰਜਾਬ ਦੇ ਹੱਕਾਂ ਦੀ ਗੱਲ ਕੌਣ ਕਰੇਗਾ ਪੰਜਾਬ ਦੇ ਪਾਣੀਆਂ ਦੀ ਗੱਲ ਕੌਣ ਕਰੇਗਾ ਇਸ ਉੱਤੇ ਜੋ ਕਿ ਵੱਡੀ ਚਿੰਤਾ ਹੈ ਤੇ ਜਿਹੜੀ ਹੈ ਇਸ ਉੱਤੇ ਗਹਿਰੀ ਸੋਚ ਦੇ ਨਾਲ ਸੋਚਣ ਦੀ ਜ਼ਰੂਰਤ ਹੈ ਸੋ ਇਸ ਪੋਸਟ ਬਾਰੇ ਆਪਣੀ رائے ਜ਼ਰੂਰ ਸਾਂਝੀ ਕਰਿਓ ਕਮੈਂਟ ਬਾਕਸ ਦੇ ਵਿੱਚ ਆਪਣੇ ਵਡਮੁੱਲੇ ਵਿਚਾਰ ਜ਼ਰੂਰ ਦਿਓ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਸਾਡੇ YouTube ਚੈਨਲ Facebook ਚੈਨਲ ਤੇ Instagram ਚੈਨਲ ਨੂੰ ਜ਼ਰੂਰ ਲਾਈਕ ਸਬਸਕ੍ਰਾਈਬ ਤੇ ਫੋਲੋ ਕਰਿਓ ਸੋ ਇਸ ਤਰ੍ਹਾਂ ਦੀਆਂ ਜੋ ਇੰਟਰਸਟਿੰਗ ਵੀਡੀਓ ਤੇ ਪੰਜਾਬ ਦੀ ਖਬਰ ਤੇ ਨਾਲ ਜੁੜਦੀਆਂ ਖਬਰਾਂ ਤੁਹਾਡੇ ਲਈ ਲੈ ਕੇ ਰੂਬਰੂ ਹੁੰਦਾ ਰਵਾਂਗਾ ਉਦੋਂ ਤੱਕ ਮੈਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ